लिपस्टिक लगाने से कम हो सकता है दिमाग। अच्छा साला आ पंगा आ, मैं भी आखा ब्याह तो बाद क्यों इन्हों ज्यादा नुक्स जहा पा आ चक्कर आ साला। हूँ बंदा कह भी ना सकता भी ना लाओ की करेगी बंदा, बोल जे देना रंगने ही होंगे गुड़ी जाए। नवा ही साला स्यापा पा गया, मैनू शक जहा तो हैगा ही पहला, आ तो यकीन ही हो गया जो अखबार जी काम आ गया फिर गल ही खत्म हो गई ना। मैं जे कल परसों दो तीन लिया दितियां नवियां, आ करेगी बंदा हूँ ठीक है आ चक्कर आ। 25-25-50 दोस्ता मेरी यो सलाह दोस्ता, ना कराई व्याह दोस्ता, गल स्यापा लेंगा पा दोस्ता, जिंदगी हो जू तबाह दोस्ता, घरे चढ़ेल जानी हो आ दोस्ता, करू भी ला पा दोस्ता, फिर कदे झाड़ू ला दोस्ता, कदे चादरा विछा दोस्ता, 25-25-50 दोस्ता, ना कराई व्याह दोस्ता। ਸਾਲਾ ਵਿਆਹ ਤੋਂ ਬਾਅਦ ਹੀ ਪਤਾ ਲੱਗਦਾ ਵੀ ਆ ਆਈਲਾਈਨਰ ਮਸਕਾਰਾ ਤੇ ਕੱਜਲ ਇਹ ਸਾਰੀਆਂ ਵੱਖੋ ਵੱਖ ਚੀਜ਼ਾਂ ਤੇ ਜਨਾਨੀਆਂ ਆਪਣੇ ਡੇਲਿਆਂ ਦੁਆਲੇ ਦੁਆਲੇ ਲਾਉਂਦੀਆਂ ਤੇ ਸਾਰੀ ਸਮੱਗਰੀ ਜਨਾਨੀਆਂ ਆਪਣੇ ਡੇਲਿਆਂ ਦੁਆਲੇ ਦੁਆਲੇ ਲਾ ਕੇ ਤੇ ਆਪਣੇ ਬੰਦੇ ਨੂੰ ਡੇਲੇ ਕੱਢੀ ਜਾਣਗੀਆਂ। ਕੁੜੀਓ ਆ ਜਿਹੜੇ ਤੁਸੀਂ ਕਮੈਂਟ ਤੇ ਮੈਸੇਜ ਕਰਦੀਆਂ ਜੇ ਨਾ ਸੋ ਸਵੀਟ ਸੋ ਕਿਊਟ, ਇਹ ਲਾਡ ਜੇ ਨਾ ਕਰਿਆ ਕਰੋ ਮੈਂ ਤੁਹਾਨੂੰ ਦੱਸਾਂ, ਓਦਾਂ ਹਾਲ ਚਾਲ ਪੁੱਛ ਲਿਆ ਕਰੋ, ਆ ਲਾਡੀਆਂ ਪਾਡੀਆਂ ਨੇ ਮਰਾਉਣਾ ਕਿਸੇ ਦਿਨ ਮੈਨੂੰ, ਤੁਸੀਂ ਮੇਰੇ ਵੀ ਘਰੋਂ ਮੌਰਤ ਅੱਤੇ ਕਰਾ ਦੇਣੇ ਆ ਤੇ ਆਪਣੀਆਂ ਲਿੰਬਾਂ ਨੂੰ ਤੇਲ ਲਵਾ ਪੈਣਾ, ਫਿਰ ਨਾ ਕਿਉਂ ਦੱਸਿਆ ਨਹੀਂ ਆ। ਪਲੀਜ਼ ਡੋਂਟ ਡਿਸਟਰਬ ਮੀ, ਆਈ ਐਮ ਮੈਰਿਡ, ਆਈ ਐਮ ਆਲਰੇਡੀ ਡਿਸਟਰਬ। ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਵਧੀਆ ਹੱਸਣ ਖੇਡਣ ਦਿਆ ਹੁੰਦਾ, ਪੂਰੀ ਐਸ਼ ਕਰਨ ਦਿਆ ਹੁੰਦਾ, ਆਪਣੀ ਮਰਜ਼ੀ ਨਾਲ ਉੱਠਦਾ, ਆਪਣੀ ਮਰਜ਼ੀ ਨਾਲ ਸੌਂਦਾ, ਕਿਸੇ ਦੀ ਕੋਈ ਪਰਵਾਹ ਨਹੀਂ। ਫਿਰ ਜ਼ਿੰਦਗੀ ਦੇ ਵਿੱਚ ਇੱਕ ਬੰਦਾ ਹੁੰਦਾ ਆ ਜਿਹੜਾ ਜ਼ਿੰਦਗੀ ਦਾ ਬੇੜਾ ਗਰਕ ਕਰਕੇ ਰੱਖ ਦਿੰਦਾ, ਉਹਨੂੰ ਆਪਾਂ ਬਜੋਲਾ ਸਾਹਿਬ ਕਹਿੰਦੇ ਹਾਂ। ਪਤਾ ਨਹੀਂ ਇਹ ਕਿੱਥੋਂ ਆ ਜਾਂਦਾ ਆ, ਕਈ ਤਾਂ ਇਹਨੂੰ ਆਪ ਸੱਦ ਲੈਂਦੇ ਆ, ਕਈਆਂ ਦੀ ਜ਼ਿੰਦਗੀ 'ਚ ਆਪੇ ਆ ਜਾਂਦਾ, ਪਰ ਇਹ ਵਿਚੋਲਾ ਆ ਜ਼ਰੂਰ ਜਾਂਦਾ। ਇਹ ਵਿਚੋਲਾ ਨਾਂ ਦਾ ਪਤਾ ਨਹੀਂ ਜੀ ਕਿਉਂ ਬਣਾਇਆ ਰੱਬ ਨੇ, ਪਤਾ ਨਹੀਂ ਕਿਹੜੇ ਜਨਮ ਦਾ ਵੈਰ ਕੱਢ ਕੇ ਤੁਰ ਜਾਂਦਾ ਏ, ਜ਼ਿੰਦਗੀ ਦੇ ਵਿੱਚ ਕੁੱਤੀ ਚੀਕਾ ਪਵਾ ਕੇ ਚੱਲ ਜਾਂਦਾ ਏ। ਇਹ ਤੋਂ ਬਚੋ ਜਿੰਨਾ ਬਚ ਸਕਦੇ। ਯਾਰ ਜਿੱਦਣ ਆਪਣਾ ਵਿਆਹ ਨਹੀਂ, ਪਹਿਲਾਂ ਤਾਂ ਆਪਣਾ ਫੋਨ ਮੈਂ ਕਿਤੇ ਰੱਖ ਕੇ ਭੁੱਲ ਗਿਆ, ਉਹ ਨਾ ਮੈਨੂੰ ਲੱਭੇ, ਲੈ ਦੱਸ ਤੇ ਫਿਰ ਮੈਂ ਆਪਣਾ ਪਰਸ ਕੇ ਨੂੰ ਫੜਾ ਬੈਠਾ, ਮੈਨੂੰ ਚੇਤਾ ਹੀ ਨਾ ਆਵੇ ਵੀ ਕਿਹਨੂੰ ਫੜਾਇਆ ਮੈਂ। ਕਿਉਂ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ? ਜੇ ਮੇਰਾ ਦਿਮਾਗ ਕੰਮ ਕਰਦਾ ਹੁੰਦਾ ਤੇਰੇ ਨਾਲ ਫੇਰੇ ਹੀ ਲੈ ਆਉਂਦਿਆ ਹੁੰਦਾ ਉਦਣ। ਕੋਈ ਨੀ, ਮੈਂ ਦਿਮਾਗ ਹੀ ਨਹੀਂ ਕੰਮ ਕਰਨ ਦਿਆ। ਮੈਨੂੰ ਇੱਕ ਦੋ ਕਮੈਂਟ ਵੀ ਆਏ ਤੇ ਮੈਸੇਜ ਵੀ ਆਏ ਆ, ਕਹਿੰਦੇ ਇਹ ਤੇਰੇ ਕੋਲ ਉਹ ਹੀ ਇੱਕ ਦੋ ਕੱਪੜੇ ਆ ਉਹ 'ਚ ਵੀਡੀਓ ਪਾਉਂਦਾ ਰਹਿੰਦਾ। ਬੰਦਾ ਪੁੱਛੇ ਵੀ ਹੁਣ ਵੀਡੀਓ ਵਾਸਤੇ ਮੈਂ ਚੇਚੀ ਵਰੀ ਬਣਾ ਕੇ ਲਿਆਵਾਂ, ਹੈਂ ਐਡੀ ਕਿਹੜੀ, ਮੇਰੇ ਮਾਮੇ ਦੀ ਫੈਕਟਰੀ ਲੱਗੀ ਲੁਧਿਆਣੇ ਕੱਪੜੇ ਦੀ ਜਿੱਥੋਂ ਮੈਂ ਲੈ ਆਇਆ ਕਰਾਂ, ਵੀਡੀਓ ਤਾਂ ਮੈਂ ਰੋਜ਼ ਪਾਉਣੀ ਆ ਇੱਕ ਦੋ, ਹੁਣ ਕਿੱਥੋਂ ਕੱਪੜੇ ਲਿਆਵਾਂ ਇੰਨੇ ਮੈਂ। ਤੁਹਾਨੂੰ ਮੈਂ ਕਦੀ ਆਖਿਆ ਵੀ ਤੁਸੀਂ ਮੇਰੀ ਵੀਡੀਓ ਰੋਜ਼ ਇੱਕੋ ਕੱਪੜਿਆਂ 'ਚ ਵਹਿੰਦੇ, ਤੁਸੀਂ ਵੀ ਰੋਜ਼ ਨਵੇਂ ਕੱਪੜੇ ਪਾ ਕੇ ਮੇਰੀ ਵੀਡੀਓ ਵੇਖਿਆ ਕਰੋ, ਏਦਾਂ ਹੀ ਤੁਹਾਡਾ ਜੀ ਕਰਦਾ ਵਾ ਮੈਨੂੰ ਨਵੇਂ ਕੱਪੜਿਆਂ 'ਚ ਵੇਖਣ ਨੂੰ, ਤੇ ਪਾਓ ਥੋੜ੍ਹੇ ਥੋੜ੍ਹੇ ਪੈਸੇ ਤੇ ਲੈ ਦਿਓ ਮੈਨੂੰ ਕੱਪੜੇ, ਹੈਂ ਡਿਮਾਂਡਾਂ ਹੀ ਸਾਹ ਲੈਂਦੀਆਂ ਤੁਹਾਡੀਆਂ। ਲੈ ਵੀ ਬੰਦਾ ਜਿੰਨੀ ਮਰਜ਼ੀ ਵਧੀਆ ਸਬਜ਼ੀ ਖਰੀਦ ਕੇ ਘਰ ਲਿਆਵੇ, ਇਹ ਜਨਾਨੀਆਂ ਜਾਣ ਬੁੱਝ ਕੇ ਨੁਕਸ ਕੱਢੀ ਜਾਣਗੀਆਂ, ਕਲੇਸ਼ ਪਾਉਣ ਦਾ ਨਵਾਂ ਹੀ ਬਹਾਨਾ ਮਿਲ ਜਾਂਦਾ ਇਹਨਾਂ ਨੂੰ।
ਆਲੂ ਤੁਸੀਂ ਖਰਾਬ ਲਿਆਂਦੇ ਆ, ਗੰਢੇ ਗਲੇ ਲਿਆਂਦੇ ਆ, ਆ ਭਿੰਡੀਆਂ 'ਚ ਸੁੰਡੀਆਂ ਵਾ, ਆਲੂ ਇੰਨਾ ਕੁ ਖਰਾਬ ਹੋਊਗਾ ਅਤੇ ਬੰਦੇ ਦੀ ਗਲਤੀ ਕੱਢਣ ਵਾਸਤੇ ਅੱਧਾ ਆਲੂ ਲਾ ਗਿਆ, ਉਹ ਮਾਰਨੀ ਆਏ। ਪਤਾ ਨਹੀਂ ਇਹਨਾਂ ਦੀ ਨਿਗਾਹ ਜ਼ਿਆਦਾ ਤੇਜ਼ ਆ ਕਿ ਸਾਡੇ ਕਰਮਾਂ 'ਚ ਗੁੱਤੇ ਖਾਣੀ ਲਿਖੀ।